ਉਹਨੇ ਕਿਹਾ ਪਿੰਡੀ ਸੁਣਨੀ ਪਈ ਆ, ਦੁੱਲਾ ਤਾਂ ਨਾਨਕਿਆਂ ਨੂੰ ਗਿਆ। ਲਓ ਜੀ ਹੁਣ ਚੜਿਆ ਮਿਰਜ਼ਾ ਨਿਜ਼ਾਮਦੀਨ ਕਦੋਂ, ਜਦੋਂ ਔਰਤਾਂ ਨੇ ਤੇਗਾਂ ਬਾਈਆਂ ਭਰ ਕੇ ਨਸ਼ੇ ਦੀਆਂ ਬੋਤਲਾਂ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ, ਚੜ੍ਹ ਗਿਆ ਦਾਰੂ ਹਾਥੀਆਂ ਮਾਰਨ, ਚੀਕਾਂ ਦੇਣ ਦੁਹਾਈਆਂ, ਮੱਥਿਆਂ ਨੂੰ ਤਵੀਆਂ ਬੰਨੀਆਂ, ਟੱਕਰਾਂ ਨਾਲ ਦਰਵਾਜ਼ਿਆਂ ਲਾਈਆਂ, ਆ ਫੜੀਆਂ ਦੁੱਲੇ ਦੀਆਂ ਰਾਣੀਆਂ, ਗੱਲਾਂ ਕਰਦੇ ਜੋ ਮਨ ਆਈਆਂ, ਧੂ ਕੇ ਮਹੱਲਾਂ 'ਚੋਂ ਬਾਹਰ ਕੱਢੀਆਂ, ਜਿਉਂ ਪੂੰਜਾ ਮਰਗਾਈਆਂ, ਬੰਨ ਕੇ ਕਤਾਰਾਂ ਤੋਰੀਆਂ, ਮੋਹਰੇ ਨਣਦਾ ਮਗਰ ਭਰਜਾਈਆਂ, ਮਿੱਸਿਆਂ ਤੂੜੀਆਂ ਵਾਲੀਆਂ ਖੜੀਆਂ, ਰੋ ਰੋ ਦੇਣ ਦੁਹਾਈਆਂ, ਨੀ ਲੱਦੀਏ ਕਿਹੜੇ ਪੁੱਤਰ ਨੂੰ ਖੜੀ ਅੜੀਕਦੀ, ਜਿਹਨੇ ਸੁਣੀਆਂ ਲੱਗਾਂ ਟਪਾਈਆਂ। ਲਵੇ ਸੱਜਣੋ ਜ਼ੋਰਾ ਜ਼ਰਬੀ ਕਰਕੇ ਚੱਕ ਕੇ ਅਹੁਦਿਆਂ ਵਿੱਚ ਬਿਠਾਈਆਂ, 11 ਬੌਂਦਾਂ ਦੁੱਲੇ ਦੀਆਂ ਬੰਨ ਕੇ ਤਾਂ ਰਸਤੇ ਲਾਹੌਰ ਦੇ ਪਾਈਆਂ। 11 ਜੀ ਸੀਗੇ ਜਿਹੜੇ ਬੰਨ ਲਏ। ਲਓ ਜੀ ਉਦੋਂ ਦੌਰ ਇਹ ਵੀ ਸੀਗਾ, ਉਦੋਂ ਆ ਨਹੀਂ ਸੀ ਦੌਰ ਪੇ ਹੈਲੀਕਾਪਟਰ 'ਤੇ ਆ ਗਏ ਜਾਂ ਹਵਾਈ ਜਹਾਜ਼ 'ਤੇ ਜਾਂ ਗੱਡੀਆਂ ਜਾਂ ਕਾਰਾਂ, ਨਹੀਂ ਇਹ ਨਹੀਂ ਸੀ ਉਦੋਂ। ਉਦੋਂ ਬਾਦਸ਼ਾਹਾਂ ਦੇ ਕੋਲ ਹਾਥੀ ਘੋੜੇ ਅਤੇ ਖੱਚਰਾਂ ਹੁੰਦੀਆਂ ਸੀ, ਅਤੇ ਜੇ ਉਹਨਾਂ ਕੋਲ ਬੱਸਾਂ ਹੁੰਦੀਆਂ ਪਿੰਡੀ ਭੱਟੀਆਂ ਦੇ ਤਾਂ ਲਾਹੌਰ ਦਾ ਐਵੇਂ ਘੰਟੇ ਡੇਢ ਘੰਟੇ ਦਾ ਰਸਤਾ ਹੈ ਸਾਰਾ ਹੀ। ਉਹਨਾਂ ਨੇ ਦੁੱਲੇ ਦਾ ਟੱਬਰ ਬੰਨ ਕੇ ਪਿੰਡੀ ਤੋਂ ਬਾਹਰ ਨਿਕਲੇ। ਜਦੋਂ ਬਾਹਰ ਨਿਕਲੇ ਇੱਕ ਜੱਟ ਬਰਾਦਰ ਦੁੱਲੇ ਦਾ ਧਰਮ ਦਾ ਭਾਈ ਬਣਿਆ ਸੀ, ਦੁੱਲੇ ਦਾ ਟੱਬਰ ਵੱਧਾ ਦੇਖ ਕੇ ਰੋਂਦਾ ਦੇਖ ਕੇ ਪਿੱਛੇ ਖਲੋ ਕੇ ਕੂਕਾਂ ਨਾਰੇ ਮਾਰਦਾ। ਲੱਦੀ ਮਾਂ ਦੇ ਧਿਆਨ ਪੈ ਗਿਆ, ਕਹਿੰਦੀ ਮੇਰੇ ਪੁੱਤਰ ਟਹਿ ਗਿਆ ਚੌਂਕ ਚਬੂਤਰੇ, ਅੱਜ ਹੋ ਗਿਆ ਸਫਨ ਸਫਾ। ਕਹਿੰਦੀ ਅੱਜ ਨੰਬਰਦਾਰੀ ਉਹ ਕਰਨਗੇ ਜਿਹੜੇ ਸਾਡੇ ਘੋੜਿਆਂ ਨੂੰ ਖੋਤਣ ਕਾ। ਮੈਂ ਸੋਨਾ ਪਾਣੀ ਵੇਖਿਆ, ਲੈ ਗਲ ਵਿੱਚ ਸੰਗਲ ਪਾ। ਤੂੰ ਕਹਿੰਦੀ ਮੇਰੀ ਪੋਸਤੀ ਨੂੰ ਸਾਨੂੰ ਲਵੇਛੜਾ। ਕਹਿੰਦੀ ਦੁੱਲੇ ਦਾ ਤਾਂ ਬੇੜਾ ਬਹਿ ਗਿਆ, ਉਹ ਤਾਂ ਮੁੜਿਆ ਨਹੀਂ, ਜਾ ਪੋਸਤੀ ਨੂੰ ਦੱਸ। ਉਹਨੇ ਆ ਕੇ ਦੱਸਿਆ ਮੇਰੀ ਪੋਸਤੀ ਉਸੇ ਤਰ੍ਹਾਂ ਉਸੇ ਹਾਲਤ ਵਿੱਚ ਨਸ਼ਾ ਕੀਤਾ ਅਤੇ ਉਸੇ ਤਰ੍ਹਾਂ ਪਿਆ। ਉਹ ਕਹਿੰਦਾ ਮਰ ਜਾਓ ਕੁਛ ਖਾ ਕੇ, ਤੁਹਾਡਾ ਸਾਰਾ ਟੱਬਰ ਬੰਨ ਕੇ ਦੁਸ਼ਮਣ ਲੈ ਕੇ ਚਲੇ ਗਏ। ਲਓ ਜੀ ਮੇ ਉੱਠਿਆ ਮੇਰੀ ਪੋਸਤੀ ਕਰਕੇ ਯਾਦ ਖੁਦਾ, ਟੱਠੀਆਂ ਦੇਖੀਆਂ ਬੈਠਕਾਂ ਪੋਸਤੀ ਨੇ ਮਾਰੀ ਤਾ। ਮੇਰੂ ਨੇ ਕਿਹਾ ਜੇ ਜਿਉਂਦੇ ਹੀ ਮਰ ਗਿਆ ਜੱਗ ਤੋਂ, ਨਾ ਰਹਿ ਗਿਆ ਸ਼ਰਮ ਹਈਆ। ਫਿਰ ਹੁਣ ਜੰਗ ਕਰਨੀ ਗਿਆ, ਸੁਥਰਿਆਂ ਦੇ ਡੇਰੇ ਚਲਾ ਗਿਆ, ਸੁਥਰਿਆਂ ਦੇ ਡੇਰੇ ਗਿਆ। ਮੇਰਾ ਉਸਤਾਦ ਵੀ ਸੁਥਰੇ ਕਹਿੰਦਾ ਹੁੰਦਾ ਸੀ, ਮੈਂ ਉਸਤਾਦ ਨੂੰ ਪੁੱਛਦਾ ਹੁੰਦਾ ਵੀ ਉਸਤਾਦ ਉਹ ਸੁਥਰੇ ਕੌਣ ਆ, ਉਹ ਕਿਹੜਾ ਮਹਿਕਮਾ ਦਰਵੇਸ਼ਾਂ ਦਾ। ਉਹਨੇ ਕਿਹਾ ਹੁਣ ਜੇ ਇੰਡੀਆ 'ਚ ਹੁੰਦੇ ਤੈਨੂੰ ਸੁਥਰੇ ਦਿਖਾ ਦਿੰਦੇ, ਹਿੰਦੂ ਹੁੰਦੇ ਸੀ ਸੁਥਰੇ। ਫਿਰ ਚਲੋ ਦੋ ਤਿੰਨ ਗੇੜੇ ਮੇਰੇ ਵੀ ਲੱਗ ਗਿਆ ਉੱਧਰ ਇੰਡੀਆ ਦੇ ਵਿੱਚ। ਮੈਂ ਇੱਕ ਸਿੱਖ ਨੂੰ ਕਿਹਾ, ਮੈਂ ਕਿਹਾ ਮੋਹਣ ਸਿੰਘ ਭਾ ਉਹ ਸੁਥਰੇ ਕੌਣ ਆ? ਉਹ ਕਹਿੰਦਾ ਅੱਛਾ ਯਾਰ ਤੈਨੂੰ ਕਿਤੇ ਉਹਨਾਂ ਦੇ ਡੇਰੇ 'ਚ ਲੈ ਚੱਲੂ। ਉਹ ਕੁਦਰਤੀ ਸੁਥਰਾ ਮੰਗਣ ਹੀ ਆ ਗਿਆ। ਉਹਨਾਂ ਦੇ ਲਿਬਾਸ ਕਾਲਾ ਹੁੰਦਾ ਗਿੱਟਿਆਂ ਤੱਕ, ਅਤੇ ਇੱਥੇ ਗੁੱਟਾਂ ਤੱਕ ਉਹਨਾਂ ਦੇ ਇਹ ਜਿਹੜਾ ਕੁਰਤਾ ਹੁੰਦਾ, ਲੋਹੇ ਦੀਆਂ ਚੂੜੀਆਂ ਇਹਨਾਂ ਕੋਹਣੀਆਂ ਤੱਕ ਆਉਂਦੀਆਂ, ਹੱਥ ਵਿੱਚ ਉਹਨਾਂ ਦੇ ਕਾਲੇ ਕਾਲੇ ਡੰਡੇ ਫੜੇ ਹੁੰਦੇ ਆ। ਉਹ ਹੁਣ ਸਦਾ ਪਤਾ ਕਿੱਦਾਂ ਕਰਦੇ ਮੈਂ ਦੇਖਿਆ, ਅੱਲਾ ਸਾਈਂ ਮਿਹਰ ਕਰੇ, ਅੱਲਾ ਸਾਈਂ ਮਿਹਰ ਕਰੇ। ਮੋਹਣ ਸਿੰਘ ਮੈਨੂੰ ਕਹਿੰਦਾ ਸ਼ਰੀਫ ਆ ਉਹਦੇ ਸੁਥਰਾ। ਮੈਂ ਕਿਹਾ ਚਲੋ ਯਾਰ ਸੁਥਰਾ ਤਾਂ ਦੇਖ ਲਿਆ। ਹੁਣ ਮੇਰੀ ਪੋਸਤੀ ਸੁਥਰਿਆਂ ਦੇ ਡੇਰੇ ਚਲੇ ਗਿਆ, ਸੁਥਰਿਆਂ ਦੇ ਡੇਰੇ ਚਲੇ ਗਿਆ। ਜਾ ਕੇ ਦੇਖਣ ਲੱਗਾ ਅਤੇ ਅੱਗੇ ਉਹਨਾਂ ਦਾ ਪੀਰ ਬੈਠਾ ਸੀਗਾ, ਸੁਥਰਿਆਂ ਦਾ ਗੁਰੂ ਬੈਠਾ ਸੀਗਾ। ਕਹਿੰਦਾ ਬਾਬਾ ਜੀ ਅੱਜ ਸਾਡਾ ਬੇੜਾ ਸ਼ੋਧਰਿਆ ਚਰੁੜਿਆ ਜਾਂਦਾ, ਮੈਨੂੰ ਆਪਣੇ ਵਾਲੀ ਬਾਣੀ ਵੀ ਦੱਸ ਦਿਓ ਤਾਂ ਭੇਸ ਵੀ ਬਦਲ ਦਿਓ। ਜਦੋਂ ਹਾੜੇ ਕੱਢੇ, ਲਓ ਜੀ ਬਾਣੀ ਵੀ ਪੜ੍ਹ ਲਈ ਹਿੰਦੀ ਵਿੱਚ, ਮੈਂ ਜਨਾਬ ਦੇ ਪੇਸ਼ ਕਰੂੰਗਾ ਵੀ ਹਿੰਦੀ 'ਚ ਕਿਵੇਂ ਪੜ੍ਹੀ ਆ। ਜਦੋਂ ਬਾਣੀ ਵੀ ਪੜ੍ਹ ਲਈ ਅਤੇ ਭੇਸ ਵੀ ਬਦਲਿਆ, ਤੇਲ ਗੋਟੀ ਸਿਰ 'ਤੇ ਟੋਪੀ, ਪੈਰਾਂ ਦੇ ਵਿੱਚ ਉਹਨੇ ਲੱਕੜ ਦੇ ਪਊਏ ਪਾ ਲਿਆ, ਕਾਲੇ ਕਾਲੇ ਡੰਡੇ ਹੱਥ 'ਚ ਫੜ ਕੇ 3 ਮੀਲਾਂ 'ਤੇ ਬੰਦਾਂ ਨੂੰ ਜਾ ਰਲਿਆ। ਜਦੋਂ ਨਜ਼ਦੀਕ ਗਿਆ ਫੌਜਾਂ ਦੇ, ਫੌਜਾਂ ਨੇ ਮਾਰੀ ਆਵਾਜ਼, ਜਾਣੇ ਵਾਲੇ ਆ ਕੌਣ ਆ? ਕਹਿੰਦਾ ਜੀ ਅੱਜ ਇਹਨਾਂ ਨੂੰ ਤੁਸੀਂ ਮੰਗਣ, ਅੱਜ ਇਹਨਾਂ ਨੂੰ ਬੰਨੀ ਤੁਰੇ ਜਾਂਦੇ ਆ, ਇਹਨਾਂ ਪਾਸੋਂ ਮੈਂ ਕੁਛ ਮੰਗਣ ਚੱਲਿਆ। ਉਹ ਸਦਾਈਆ ਉਹ ਤਾਂ ਆਪ ਮਰੇ ਪੈ ਜਾਂਦੇ, ਤੈਨੂੰ ਕੀ ਦਊਗੇ? ਮੇਰੀ ਪੋਸਤੀ ਕਹਿੰਦਾ ਜੀ ਮੇਰੀ ਗੱਲ ਸੁਣ ਲਓ, ਮੇਰਾ ਪਿਓ ਦਾਦਾ ਇਹਨਾਂ ਨੂੰ ਆਤ ਕੇ ਦੀ ਮੈਂ ਮੰਗਦਾ ਚਾਹਿਆ, ਇਹ ਸਾਡੇ ਪਰਬ ਆ, ਅੱਜ ਕੁਛ ਨਾ ਵੀ ਦੇਣਗੇ ਮੈਂ ਆਪਣੇ ਪਿਓ ਦਾਦੇ ਦੀ ਰੀਤ ਪੂਰੀ ਕਰਕੇ ਮੁੜਿਆ। ਉਹ ਕਹਿੰਦੇ ਸਾਨੂੰ ਤੇਰਾ ਅਤਵਾਰ ਨਹੀਂ, ਤੂੰ ਸੁਥਰਾ ਜਾ ਕੌਣ ਆ? ਜੇ ਸੁਥਰਾ ਤਾਂ ਬਾਣੀ ਸੁਣਾ। ਹੁਣ ਮੇਰੀ ਪੋਸਤੀ ਅੱਗੇ ਪੜ੍ਹ ਕੇ ਗਿਆ ਸੀਗਾ, ਹਿੰਦੀ 'ਚ ਪੜ੍ਹਦਾ, ਕਹਿੰਦਾ ਅਤਰਪੁਰ ਸੱਤ ਸੱਚ ਚੁੱਕੀ ਦਾਤੀ ਧੰਨ ਸੋਭਾ ਕੋਟ ਨਗਰ ਦੂਣੀ ਤ੍ਰਿਣੀ ਮੋਹਣ ਵਾਲਾ ਬਣੇ ਬਾਜ਼ੀ ਬਣ ਡਾਕਰ 8,80,000 ਨੌਲਾ ਘੋੜਾ ਕਿਤੇ ਕਿਤੇ ਉਹਦੇ ਮਈਆ ਚਾ ਲਸ਼ਕਰ ਕਰੇ ਸਨਾਨ ਬੈਠੀ ਸੰਗ ਆਸਣ ਚੀਰ ਪਾਠ ਮਈਆ ਕੇ ਗਲ ਧੈਂਗੜ ਸਾ ਕੇ ਸੁਥਰਾ ਬੋਲਦਾ ਭੁੱਲੇ ਸੰਤ ਕੋ ਦੇਣਾ ਬਰ ਡੰਡੇ ਤੇ ਡੰਡਾ ਮਾਰ ਕੇ ਤੁਰਿਆ ਜਾਂਦਾ ਕਿਹੜੇ ਜਵਾਬ ਕਰਦਾ ਜਾਂਦਾ।
गई जांदा सुक जांदी वांगीरी कानियां दी इक सुक जांदे दूजा मुक जांदे उल्टा लोक साड़ दे नाल तानियां दे जिथे इश्क मजाजी जिथे इश्क मजाजी दा पै गया झगड़ा अकल उठ गया वड्डियां दानियां दी बदे इश्क दे नचदे नी साईं लोका ਕੈਦੀ ਵੱਚ ਜਾਂਦੀ ਜੇਲ ਖਾਨਿਆਂ ਦੀ ਕਿਸੇ ਦਾ ਮਾਹੀ ਵਿਛੜ ਗਿਆ ਮਾਹੀ ਦੇ ਮਗਰ ਹੀ ਭੱਜੀ ਤੁਰੀ ਜਾਂਦੀ ਆ ਜਦੋਂ ਥੱਕ ਗਈ ਜ਼ੁਲਫਾਂ ਖੁੱਲ ਗਈਆਂ ਡਿੱਗ ਪਈ ਜਨ ਕੋ ਅੱਲਾ ਦਾ ਬੰਦਾ ਆ ਗਿਆ ਉਹ ਪੁੱਛਣ ਲੱਗਾ ਬੇਟਾ ਕਿਉਂ ਆ ਤੇਰੀ ਹਾਲਤ ਕੀ ਬਣੀ ਆ ਬਾਬਾ ਮੇਰਾ ਮਾਹੀ ਤੁਰ ਗਿਆ ਕਹਿੰਦਾ ਕਮਲੀਏ ਜਿਹੜੇ ਤੁਰ ਗਏ ਉਹਨਾਂ ਨੇ ਕਿੱਥੋਂ ਆਉਣਾ ਜਿਹੜੇ ਤੁਰ ਗਏ ਉਹਨਾਂ ਨੇ ਨਹੀਂ ਆਉਣਾ ਹੁਣ ਜਨਾਬ ਦੱਸਦਾ ਭਲਾ ਕਿਸ ਤਰ੍ਹਾਂ ਜਵਾਬ ਕਰਕੇ ਦੱਸਦਾ ਬਾਣੀ ਪੜ੍ਹੀ ਉਹਨਾਂ ਨੇ